स्वागत है किसान वीरो तुहाडा यूट्यूब चैनल सिद्धक डेयरी फार्मिंग दे विच। किसान वीरो अज की वीडियो पिंड दराज इनू तहसील तपा पैंदी है ते जिला इहदा बरनाला है। जिहड़ा तपा शहर है वह इह तों 1 किलोमीटर साइड ते है। इस पिंड दे विच बाई जी होरां कोल कुछ पशु घरे रखे हुए है। इन्हां दा खेतीबाड़ी दा काम है ते नाल शौक वजों पशु रखदे आ जिहड़ा दुध डेयरी दे उत्ते पाउंदे आ। तो इन पशुओं के सामने जी स्क्रीन पर तुम झोटी देख रहे हैं पहले सूए सूई है। सारी डिटेल बाई जी उन्होंने तो पूछ लाँगे। ये भी बकाऊ है तो ये नाल दो झोटियां होर जड़िया खड़िया है ये भी इन्होंने वेचनिया है फॉर सेल है। सारी डिटेल आप बाई जी उन्होंने तो इन्हों बारे ले लाँगे। वीडियो शुरू करने तो पहला बेनती जिन्होंने मेरे इस चैनल में अजे तक सबसक्राइब नहीं किया चैनल में जरूर सबसक्राइब कर दो ते नाल बैल आइकॉन प्रेस कर दो जेता कि जी नवी वीडियो मैं अपलोड करा वह नोटिफिकेशन तुम मिल सके। ਬਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਈ ਆਪਣਾ ਨਾਮ ਦੱਸੋ ਕੀ ਹੈ? ਮੇਰਾ ਨਾਮ ਸੁਖਮਨਦੀਪ ਸਿੰਘ ਹੈ ਜੀ। ਪਿੰਡ ਮੇਰਾ ਦਰਾਜ ਜ਼ਿਲ੍ਹਾ ਬਰਨਾਲਾ। ਠੀਕ ਹੈ। ਤੇ ਅੱਜ ਜੇ ਆਪਾਂ ਤਿੰਨ ਪਸ਼ੂ ਜਿਹੜੇ ਵੇਚਣ ਵਾਸਤੇ ਵੀਡੀਓ ਬਣਾ ਰਹੇ ਹਨ। ਹਾਂਜੀ ਠੀਕ ਹੈ। ਜਿਹੜੀ ਇਹ ਪਹਿਲੇ ਨੰਬਰ ਤੇ ਝੋਟੀ ਹੈ ਇਹ ਕਿੰਨਵੇਂ ਸੂਏ ਸੂਈ ਹੈ ਵੀਰੇ? ਇਹ ਵੀਰ ਜੀ ਪਹਿਲੇ ਸੂਏ ਸੂਈ ਹੋਈ ਹੈ। ਠੀਕ ਹੈ। ਇਹਨੂੰ ਲਗਭਗ ਪੌਣੇ 2 ਮਹੀਨੇ ਹੋ ਗਏ ਨੇ ਸੂਈ ਹੋਈ ਨੂੰ। ਠੀਕ ਹੈ। ਤੇ ਮਗਰ ਇਹਦੇ ਕੱਟੀ ਹੈ। ਮਗਰ ਕੱਟੀ ਹੈ ਤੇ ਇਹਦਾ ਦੁੱਧ ਕਿੰਨਾ ਹੁਣ ਇਸ ਟਾਈਮ? ਦੁੱਧ ਵੀਰੇ ਲਗਭਗ 8-8.5 ਲੀਟਰ ਦੇ ਰਹੀ ਆ ਦੋਵਾਂ ਟਾਈਮਾਂ ਦਾ। ਹਾਂਜੀ ਠੀਕ ਹੈ। ਤੇ ਤਾਜੀ ਸੂਈ ਨੇ ਫਿਰ 2 ਮਹੀਨੇ ਲਗਭਗ ਇਹਨੂੰ ਹੋ ਗਏ ਸੂਈ ਨੂੰ ਉਦੋਂ ਫਿਰ ਇਹਨੇ ਕਿੰਨਾ ਕੁ ਦੁੱਧ ਦਿੱਤਾ ਸੀ? ਉਦੋਂ ਵੀਰ ਜੀ ਇਹਨੇ ਲਗਭਗ 10 ਲੀਟਰ ਦੇ ਕਰੀਬ ਦਿੱਤਾ ਸੀ। ਹੁਣ ਸਾਂਭ ਸੰਭਾਲ ਨਹੀਂ ਹੋ ਰਹੀ। ਹਾਂ ਬਿਲਕੁਲ। ਇਹ ਤਾਂ ਜਿਹੜੇ ਵੀਰ ਵੀਡੀਓ ਦੇਖਦੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਜਦੋਂ ਇਸ ਸੀਜ਼ਨ ਦੇ ਵਿੱਚ ਹਰਾ ਪੱਠਾ ਜਿਹੜਾ ਉਹ ਖਤਮ ਹੋ ਜਾਂਦਾ ਹੈ ਕੱਲੀ ਤੂੜੀ ਤੇ ਜਿਹੜੇ ਪਸ਼ੂ ਆ ਕੇਰਾਂ ਦੁੱਧ ਘੱਟਦੇ ਹੀ ਘੱਟਦੇ ਆ। ਤੇ ਇਹਦਾ ਆਪਾਂ ਕੀ ਰੇਟ ਕਰਦੇ ਆ? ਇਹਦਾ ਰੇਟ ਆਪਾਂ ਵੀਰ ਜੀ 62000 ਰੁਪਏ ਦਾ। 62000 ਵਿੱਚੋਂ ਕੁਝ ਥੋੜਾ ਬਹੁਤ ਮਾਨਤਾਨ ਹੋਊਗਾ। ਮਾਨਤਾਨ ਹੋਊਗਾ ਜੀ। ਠੀਕ ਹੈ। ਕਿਸਾਨ ਵੀਰੋ ਦੇਖ ਸਕਦੇ ਆ ਤੁਸੀਂ ਇਹ ਬਹੁਤ ਸੋਹਣਾ ਮੂੰਹ ਮੱਥਾ ਇਹਦਾ ਸਿੰਗ ਤੁਸੀਂ ਦੇਖ ਸਕਦੇ ਆ। ਪਤਲੀ ਬੂਥੀ ਦੇ ਵਿੱਚ ਹੈਗੀ ਹੈ ਝੋਟੀ ਗੋਲ ਸਿੰਗ ਹੈ ਇਹਦਾ। ਬਾਕੀ ਜਿਹੜੀ ਇਹਦੀ ਪੂਛ ਆ ਉਹ ਜੈੱਡ ਬਲੈਕ ਹੈ। ਥਾਨਲੇਵਾ ਤੁਸੀਂ ਦੇਖ ਸਕਦੇ ਆ। ਥੋੜਾ ਇਹ ਡਰਦੀ ਆ ਉਹਦੇ ਕਰਕੇ ਇਹਨੂੰ ਤੋਰ ਕੇ ਨਹੀਂ ਦਿਖਾਉਂਦੇ ਕਿਉਂਕਿ ਉਵੇਂ ਇਹਨੇ ਤੁਰਨਾ ਵੀ ਨਹੀਂਗਾ ਜਦੋਂ ਪਸ਼ੂ ਡਰਦਾ ਹੋਵੇ। ਬਾਕੀ ਥਣਾਂ ਦੇ ਵਿੱਚ ਜਿਹੜਾ ਗੈਪ ਹੈ ਬਿੱਥੀ ਆ ਉਹ ਤੁਸੀਂ ਦੇਖ ਸਕਦੇ ਆ। ਚਾਰੇ ਥਣ ਬਿਲਕੁਲ ਇੱਕੋ ਜਿਹੀ ਸ਼ੇਪ ਤੇ ਦੋਨਾਂ ਪਾਸਿਆਂ ਤੋਂ ਤੁਸੀਂ ਦੇਖ ਸਕਦੇ ਆ। ਬਾਕੀ ਪੁੜਾ ਪਿੱਠ ਪੁੜਾ ਇਹਦਾ ਬਹੁਤ ਸੋਹਣਾ ਝੋਟੀ ਦਾ। ਹਜੇ ਲਗਭਗ ਜਿਹੜਾ ਟਾਈਮ ਆ ਉਹ 3:30-4:15 ਦਾ ਟਾਈਮ ਹੋਇਆ। ਹਜੇ ਲਗਭਗ 5-5:30 ਵਜੇ ਧਾਰਾਂ ਚੋਣੀਆਂ ਤਾਂ ਉਦੋਂ ਤੱਕ ਹਵਾਨਾ ਹੋਰ ਬਣਾਊਗੀ। ਬਾਕੀ ਦੁੱਧ ਜਿਹੜਾ ਬਾਈ ਜੀ ਹੋਰਾਂ ਨੇ ਦੱਸਿਆ 8.5-8 ਲੀਟਰ ਦੇ ਵਿੱਚ ਹੈਗਾ। ਉਹ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ 2-3 ਤੁਸੀਂ ਚੋ ਕੇ ਦੇਖ ਸਕਦੇ ਆ। ਮਗਰ ਇਹਦੇ ਆ ਕੱਟੀ ਹੈ 1.5-2 ਮਹੀਨਿਆਂ ਦੀ ਸੂਈ ਹੋਈ ਝੋਟੀ 62000 ਮੁੱਲ ਹੈ। ਬਾਕੀ ਇਹ ਤੋਂ ਬਿਨਾਂ ਦੋ ਝੋਟੀਆਂ ਬਾਈ ਜੀ ਹੋਰਾਂ ਕੋਲ ਹੋਰ ਆ ਜਿਹੜੀਆਂ ਇਹਨਾਂ ਨੇ ਵੇਚਣੀਆਂ। ਇਹਨਾਂ ਬਾਰੇ ਵੀ ਆਪਾਂ ਬਾਈ ਤੋਂ ਪਤਾ ਕਰ ਲੈਂਦੇ ਹਾਂ। ਬਾਈ ਇਹ ਝੋਟੀਆਂ ਦੀ ਉਮਰ ਕਿੰਨੀ ਹੈ ਲਗਭਗ? ਵੀਰ ਜੀ ਇਹਦੀ ਉਮਰ ਹੈਗੀ ਆ 2.25 ਸਾਲ। 2.25 ਸਾਲ ਠੀਕ ਹੈ। ਤੇ ਇਸ ਝੋਟੀ ਦੀ ਉਮਰ ਹੈਗੀ ਆ ਲਗਭਗ 2 ਸਾਲ। ਉਹ 2 ਸਾਲ ਦੀ ਹੈ। ਤੇ ਇਹਨਾਂ ਦੋਵਾਂ ਦਾ ਰੇਟ ਕੀ ਕਰਦੇ ਆ? 17-17 ਹਜ਼ਾਰ ਰੁਪਏ ਦੋਨਾਂ ਦਾ। ਠੀਕ ਹੈ। ਜੇ ਕੋਈ ਕੱਲੀ ਕੱਲੀ ਲੈਣੀ ਚਾਹੁੰਦਾ ਤਾਂ 17-17 ਹਜ਼ਾਰ ਲਗਭਗ 34 ਹਜ਼ਾਰ ਚਾਰ ਇਹਨਾਂ ਦਾ ਰੇਟ ਹੈ। ਕਿਸਾਨ ਵੀਰੋ ਇਹ ਦਰਮਿਆਨੇ ਜੇ ਕੱਦ ਦੇ ਵਿੱਚ ਹੈ ਕਿਉਂਕਿ ਬਾਈ ਨੇ ਪਹਿਲਾਂ ਹੀ ਦੱਸਿਆ ਵੀ ਸੰਭਾਲ ਇਹਨਾਂ ਤੋਂ ਨਹੀਂ ਹੋ ਰਹੀ। ਕੁਛ ਫੈਮਿਲੀ ਦੇ ਵਿੱਚੋਂ ਕੁਛ ਪ੍ਰੋਬਲਮ ਹੋ ਜਾਂਦੇ ਹੈ ਜਿਹਦੇ ਕਰਕੇ ਇਹ ਜਿਹੜਾ ਬੱਚਾ ਤੁਸੀਂ ਦੇਖ ਰਹੇ ਆਪ ਖੁਦ ਪੜ੍ਹਾਈ ਕਰਦਾ 12ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਨਾਲ ਫਿਰ ਪੜ੍ਹਾਈ ਦੇ ਨਾਲ ਇਹਨਾਂ ਤੋਂ ਪਸ਼ੂ ਜਿਹੜੇ ਉਹਨੇ ਵਧੀਆ ਤਰੀਕੇ ਨਾਲ ਸੰਭਾਲੇ ਨਹੀਂ ਜਾ ਰਹੇ ਜਿਹਦੇ ਕਰਕੇ ਵੇਚਣਗੇ। ਠੀਕ ਹੈ। ਕਿਸਾਨ ਵੀਰੋ ਜੇ ਕਿਸੇ ਵੀਰ ਦੇ ਇਹਨਾਂ 'ਚੋਂ ਕੋਈ ਪਸ਼ੂ ਪਸੰਦ ਆਉਂਦਾ ਤਾਂ ਨੰਬਰ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸਕਰੀਨ 'ਤੇ ਚੱਲ ਰਿਹਾ ਤੁਸੀਂ ਇਸ ਨੰਬਰ ਦੇ ਉੱਤੇ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦੇ ਆ। ਤੁਸੀਂ ਇਸ ਨੰਬਰ 'ਤੇ ਸੰਪਰਕ ਕਰਕੇ ਸੌਦਾ ਬਾਈ ਜੀ ਹੋਰਾਂ ਨਾਲ ਆਪ ਕਰ ਸਕਦੇ ਆ। ਪਸ਼ੂ ਜਿਹੜਾ ਹੈਗਾ ਉਹਦੀ ਤਸੱਲੀ ਤੁਸੀਂ ਆਪ ਕਰਨੀ ਹੈ ਕਿਉਂਕਿ ਜਿਹੜਾ ਯੂਟਿਊਬ ਦੇ ਉੱਤੇ ਵੀਡੀਓ ਬਣਾਉਂਦਾ 10-15 ਮਿੰਟ ਲਈ ਘਰ ਦੇ ਵਿੱਚ ਕਿਸੇ 'ਚ ਵੀ ਰੁਕਦਾ ਤਾਂ ਉਹ ਉਸ ਪਸ਼ੂ ਦੇ ਮਾਲਕ ਤੋਂ ਜੋ ਕੁਛ ਪੁੱਛਦਾ ਉਹ ਸਾਹਮਣੇ ਸਕਰੀਨ 'ਤੇ ਅੱਗੋਂ ਮਾਲਕ ਦੱਸਦਾ। ਇਹ ਮਾਲਕ ਦੇ ਸਿਰ 'ਤੇ ਹੁੰਦਾ ਵੀ ਉਹ ਜਾਣਕਾਰੀ ਕਿੱਦਾਂ ਦੀ ਪ੍ਰੋਵਾਈਡ ਕਰਾਉਂਦਾ। ਬਾਕੀ ਜਿਹਨੇ ਪਸ਼ੂ ਖਰੀਦਣਾ ਉਹਦੀ ਜ਼ਿੰਮੇਵਾਰੀ ਹੈ ਖੁਦ ਦੀ ਵੀ ਉਹ ਤਸੱਲੀ ਆਪ ਕਰ ਸਕਦਾ। ਜਾਇਜ਼ ਜੇ ਰੇਟ ਬਾਈ ਜੀ ਹੋਰਾਂ ਨੇ ਰੱਖੇ ਇਹਨਾਂ ਸਾਰੇ ਪਸ਼ੂਆਂ ਦੇ ਜੇ ਕਿਸੇ ਵੀਰ ਦੇ ਪਸੰਦ ਆਉਂਦੇ ਆ ਤਾਂ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰਕੇ ਸੌਦਾ ਕਰ ਸਕਦੇ ਹੋ।